ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਪਤੰਗਾਂ ਦਾ ਮੌਸਮ ਆਉਂਦਾ ਸੀ ਤਾਂ ਲੋਕ ਖੁਸ਼ ਹੋ ਜਾਂਦੇ ਸੀ ਉਤਸ਼ਾਹਿਤ ਹੋ ਜਾਂਦੇ ਸੀ ਪਰ ਹੁਣ ਡਰ ਦਾ ਮਾਹੌਲ ਬਣ ਜਾਂਦਾ ਕਿਉਂਕਿ ਹੁਣ ਪਤੰਗ ਉਡਾਏ ਜਾਂਦੇ ਨੇ ਚਾਈਨਾ ਡੋਰ ਦੇ ਨਾਲ ਜਿਸ ਨੂੰ ਕਿ ਪੰਜਾਬ ਦੇ ਵਿੱਚ ਖੂਨੀ ਡੋਰ ਕਹਿ ਕੇ ਵੀ ਬੁਲਾਇਆ ਜਾਂਦਾ ਕਿਉਂਕਿ ਇਸ ਡੋਰ ਨੇ ਆਪਣੇ ਪਛੋਕੜ ਦੇ ਵਿੱਚ ਪਸ਼ੂ ਪੰਛੀ ਜਾਨੀ ਕਿ ਇਨਸਾਨ ਕਿਸੇ ਨੂੰ ਵੀ ਨਹੀਂ ਛੱਡਿਆ ਹਰ ਇੱਕ ਨੂੰ ਚੀਰੇ ਆ ਇਸ ਡੋਰ ਨੇ ਤੇ ਬਹੁਤ ਸਾਰੀਆਂ ਮੌਤਾਂ ਵੀ ਨੇ ਜਿਹੜੀਆਂ ਇਸ ਡੋਰ ਦੇ ਕਾਰਨ ਹੋਈਆਂ ਨੇ ਜਿਸ ਤੋਂ ਬਾਅਦ ਕਿ ਹੁਣ ਇਹ ਗੱਲ ਆਖੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਜਿਹੜਾ ਇਸ ਡੋਰ ਨੂੰ ਵੇਚੇਗਾ ਖਰੀਦੇਗਾ ਜਾਂ ਵਰਤੇਗਾ ਉਸ ਨੂੰ 5 ਸਾਲ ਦੀ ਸਜ਼ਾ ਹੋਵੇਗੀ ਅਤੇ 1 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਇਸੇ ਮਾਮਲੇ ਨੂੰ ਲੈ ਕੇ ਬਟਾਲਾ ਬਾਰ ਐਸੋਸੀਏਸ਼ਨ ਦਾ ਜਿਹੜਾ ਵਕੀਲ ਭਾਈਚਾਰਾ ਉਹ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਦੀ ਸਾਫ਼ ਤੌਰ ਤੇ ਇਹ ਗੱਲ ਆਖੀ ਗਈ ਹੈ ਕਿ ਇਸ ਡੋਰ ਨੂੰ ਵੇਚਣ ਖਰੀਦਣ ਤੇ ਵਰਤਣ ਵਾਲੇ ਦੇ ਉੱਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਦੇ ਵਿੱਚ ਵੀ ਚਾਈਨਾ ਡੋਰ ਨੂੰ ਬੰਦ ਕਰਵਾਉਣ ਦਾ ਜਿਹੜਾ ਮਤਾ ਉਹ ਪਾਸ ਹੋਣਾ ਚਾਹੀਦਾ ਅਤੇ ਇਹ ਕਾਨੂੰਨ ਬਣਨਾ ਚਾਹੀਦਾ ਹੈ ਕਿ ਇਹ ਚਾਈਨਾ ਡੋਰ ਹੈ ਜਿਹੜੀ ਇਹ ਕਿਤੇ ਵੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇਣੀ ਚਾਹੀਦੀ ਹੋਰ ਕੀ ਕੁਝ ਕਿਹਾ ਇਸ ਮੌਕੇ ਦੇ ਉੱਤੇ ਬਟਾਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਆਉਸਣਦਿਆਂ ਇਹ ਬਹੁਤ ਜਾਣ ਲਿਵਾਏ ਜੀ ਇਹ ਜਿਹਦੇ ਫਿਰ ਜਾਂਦੀ ਹੈ ਇਹ ਤੇ ਉਹਨੂੰ ਪਤਾ ਵਾ ਜਾਂ ਉਹਦੇ ਘਰਦਿਆਂ ਨੂੰ ਪਤਾ ਜਦੋਂ ਬੰਦਾ ਬੈੱਡ ਤੇ ਪੈਂਦਾ ਟੂ-ਵੀਲਰ ਵਾਲਾ ਅਕਸਰ ਹੀ ਇਹਦੀ ਚਪੇਟ ਦੇ ਵਿੱਚ ਆ ਜਾਂਦਾ ਪੰਛੀ ਵੀ ਇਹਦੀ ਚਪੇਟ ਚ ਆ ਜਾਂਦੇ ਨੇ ਕਈਆਂ ਦੀ ਜਾਨ ਗਈ ਹੈ ਫਿਲਹਾਲ ਡੀਸੀ ਸਾਹਿਬ ਦੇ ਆਦੇਸ਼ਾਂ ਤੇ 188 ਸੀਆਰਪੀਸੀ ਦਾ ਪਰਚਾ ਜਿਹੜਾ ਹੁੰਦਾ ਵਾ ਜਿਹਦਾ ਜਿਹਦੀ ਪੋਜੈਸ਼ਨ 'ਚ ਹੋਏ ਉਹਨੂੰ ਉਸੇ ਵੇਲੇ ਜੁਰਮਾਨਾ ਪਾ ਕੇ ਮੌਕੇ ਤੇ ਬੇਲ ਮਿਲ ਜਾਂਦੀ ਹੈ ਤੇ ਜਿਸ ਕਰਕੇ ਲੋਕੀ ਜਿਆਦਾ ਸ਼ਕਤੀ ਨਾਲ ਇਸ ਨੂੰ ਨਹੀਂ ਲੈਂਦੇ ਤੇ ਮੈਂ ਚਾਹਨਾ ਕੋਈ ਵੱਖਰਾ ਨਵਾਂ ਐਕਟ ਬੰਨਣਾ ਚਾਹੀਦਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਵੀ ਜਿਹੜਾ ਇਹ ਯੂਜ਼ ਕਰੇਗਾ ਜਾਂ ਵੇਚੇਗਾ ਉਹਨੂੰ 5 ਸਾਲ ਦੀ ਕੈਦ ਤੇ ਲੱਖ ਰੁਪਿਆ ਜੁਰਮਾਨਾ ਹੋਏਗਾ ਮੈਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਫੁੱਲ ਮੈਜੋਰਟੀ ਹੈ ਇਹ ਚਾਹੀਦਾ ਵੀ ਇਹਨਾਂ ਨੂੰ ਬਿਆਨਬਾਜ਼ੀ ਛੱਡ ਕੇ ਉੱਪਰ ਆ ਕੇ ਵਿਧਾਨ ਸਭਾ ਚ ਪ੍ਰੋਪਰ ਮਤਾ ਪਾਇਆ ਜਾਏ ਬਿੱਲ ਪਾਸ ਕੀਤਾ ਜਾਏ ਤੇ ਪ੍ਰੋਪਰ ਐਕਟ ਬਣਿਆ ਜਾਏ ਕਿਹੜਾ ਕਿਹੜਾ ਐਕਟ ਸਮਝਦੇ ਹੋ ਤੇ ਕਿਹੜੀ ਕਿਹੜੀ ਧਾਰਾ ਹੁੰਦੀ ਹੈ ਧਾਰਾ ਜਦੋਂ ਐਕਟ ਬਨੇਗਾ ਉਹਦੇ ਤੇ ਵੇਚਣ ਵਾਲੇ ਦੀ ਵਿਕਰੀ ਲੱਗੇਗੀ ਮੈਨੂਫੈਕਚਰਰ ਦੀ ਵਿਕਰੀ ਲੱਗੇਗੀ ਜਿਹੜਾ ਯੂਜ਼ ਕਰੇਗਾ ਉੱਤੇ ਵਿਕਰੀ ਲੱਗੇਗੀ ਸਜ਼ਾ ਦਾ ਪ੍ਰਬੰਧਨ ਹੋਏਗਾ ਕਿ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਹਾਂ ਸਾਰਾ ਪ੍ਰੋਪਰ ਐਕਟ ਦੇਖੋ ਜੀ ਜਿੰਨੀ ਖਤਰਨਾਕ ਇਹ ਡੋਰ ਆ ਉਸ ਦੇ ਹਿਸਾਬ ਨਾਲ ਕਾਨੂੰਨ ਦੂਜੇ 302 ਵੀ ਘਟਾ ਹੈ ਕਿਉਂਕਿ ਜਿਸ ਜਿਸ ਤਰੀਕੇ ਨਾਲ ਚੀਜ਼ ਨੂੰ ਨੁਕਸਾਨ ਕਰਦੀ ਆ ਧੌਣ ਤੇ ਫਿਰਦੀ ਹੱਥ ਤੇ ਫਿਰਦੀ ਆ ਉਹ इवन ਟੁੱਟਦੀ ਘੱਟ ਵਾ ਉਹ ਖਿੱਚਦੀ ਤੁਰ ਜਾਂਦੀ ਆ ਇਸ ਕਰਕੇ ਮੈਂ ਤਾਂ ਕਹਾਂਗਾ ਜੇ ਮਤਾ ਪਾਸ ਹੁੰਦਾ ਹੋਵੇ ਤਾਂ ਘੱਟੋ ਘੱਟ 307 ਲਾਈ ਜਾਣੀਆਂ ਮੈਂ ਐਕਸ ਪ੍ਰੈਜ਼ੀਡੈਂਟ ਰਿਆਂ 2019 ਤੋਂ 2021 ਇਸ ਵਾਰੀ ਮੈਂ ਕੰਟੈਸਟ ਕਰ ਰਿਹਾ ਹਾਂ ਫਿਰ ਐਜ਼ ਅ ਪ੍ਰੈਜ਼ੀਡੈਂਟ ਤੇ ਜੇ ਮੇਰੇ ਵਕੀਲਾ ਭਾਈਆਂ ਨੇ ਮੇਰਾ ਸਾਥ ਦਿੱਤਾ ਤੇ ਜੇ ਮੈਨੂੰ ਬਣਾਇਆ ਦੁਬਾਰਾ ਤੇ ਮੈਂ ਵਿਸ਼ਵਾਸ ਦਿਵਾਉਣਾ ਵੀ ਮੈਂ ਆਪਣੀ ਬਾਰ ਦੇ ਵਿੱਚ ਮਤਾ ਪਾਸ ਕਰਾਉਂਗਾ ਵੀ ਘੱਟ ਤੋਂ ਘੱਟ 307 ਇੱਥੇ ਲਾਈ ਲਾਈ ਜਾਵੇ ਜਿਹਦੇ ਕਰਕੇ ਥੋੜਾ ਲੋਕਾਂ ਨੂੰ ਵੀ ਡਰ ਹੁਣ ਆਇਆ ਹੋਵੇ ਵੀ ਠੀਕ ਆ ਸਾਡੇ ਤੇ ਨੁਕਸਾਨ ਹੋ ਸਕਦਾ ਦੇਖੋ ਜੇ ਇਸ ਟਾਈਮ ਜੇ ਪੰਜਾਬ ਗਵਰਨਮੈਂਟ ਕੋਈ ਵੀ ਵਿਧਾਨ ਸਭਾ ਦੇ ਵਿੱਚ ਕੋਈ ਪ੍ਰੋਪਰ ਇਹਦਾ ਐਕਟ ਨਹੀਂ ਲੈ ਸਕਦੀ ਹੈ ਨਾ ਠੀਕ ਹੈ ਨਾ ਇਹਨੂੰ ਹੁਣ ਇਹਦੇ ਵਿੱਚ ਫੈਂਸ ਦੇ ਅਕੋਰਡਿੰਗ ਅਸੀਂ ਦੇਖਾਂਗੇ ਵੀ ਕਿਹੜੇ ਕੀ ਇਹ ਫੈਂਸ ਹੋਇਆ ਜਿਹੜਾ ਚਾਈਨਾ ਡੋਰ ਨੂੰ ਆਪਣਾ ਚਲਾਉਂਦੇ ਪਏ ਨੇ ਜਾਂ ਵੇਚਦੇ ਪਏ ਨੇ ਜਿੰਨੀ ਇਹ ਫੈਂਸ ਦੀ ਗ੍ਰੈਵਿਟੀ ਆ ਉਹਦੇ ਉਹਦੇ ਅਕੋਰਡਿੰਗ ਉਹਦੇ ਅਕੋਰਡਿੰਗ ਅਸੀਂ ਸੈਕਸ਼ਨ ਜਿੰਦਾ 3 24 325 326 ਦੇ ਤਹਿਤ ਅਤੇ 307 ਦੇ ਤਹਿਤ ਵੀ ਅਸੀਂ ਐਫ ਆਈ ਆਰ ਰਜਿਸਟਰ ਉਹਨਾਂ ਨੇ ਅਗੇਂਸਟ ਕਰ ਸਕਦੇ ਆ ਇਸ ਇਹ ਨਹੀਂ ਵੀ ਹੁਣ ਜੇ ਕੋਈ ਐਕਟ ਨਹੀਂ ਆ ਰਿਹਾ ਤੇ ਉਹਦੇ ਐਕਟ ਦੇ ਪਿੱਛੇ ਪਿਆ ਰਹਾਂਗੇ ਹੁਣ ਜੋ ਸਾਡੀ ਕੰਡੀਸ਼ਨ ਆ ਉਹਦੇ ਅਕੋਰਡਿੰਗ ਤੇ ਸਾਨੂੰ ਚੱਲਣਾ ਚਾਹੀਦਾ ਨਾਲ ਜੋ ਪ੍ਰਸ਼ਾਸਨ ਨੂੰ ਸਾਡਾ ਪਬਲਿਕ ਦਾ ਸਾਥ ਦੇਣਾ ਚਾਹੀਦਾ ਵਾ ਇਹ ਮੈਂ ਇਹੋ ਹੀ ਮੰਗ ਕਰਦਾ ਵਾਂ ਵੀ ਜੋ ਵੀ ਜਿੰਨੀ ਵੀ ਜਲਦੀ ਹੋ ਸਕੇ ਵੀ ਇਹਨਾਂ ਨੂੰ ਆਪਣੀ ਪਬਲਿਕ ਨੂੰ ਨਿਆਂ ਦੇ ਆਜੇ